ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੇਡਾ ਦਾ ਘਾਲਿੰਦੀ ਸਵਾਲ ਵੀਡੀਓ ਤੇ ਮੈਂ ਪਾਉਣੀ ਸੀ ਵੀ ਅੱਜ ਦੇ ਦਿਨ ਟੈਲੀਫੋਨ ਪੇਟੈਂਟ ਕਰਾਇਆ ਸੀ ਜਿਹੜੇ ਇਨਸਾਨ ਨੇ ਟੈਲੀਫੋਨ ਬਣਾਇਆ ਅੱਜ ਦੇ ਦਿਨ 1876 ਚ 7 ਮਾਰਚ ਨੂੰ ਉਸਨੇ ਪੇਟੈਂਟ ਕਰਾਇਆ ਸੀ 29 ਸਾਲ ਦੇ ਨੇ ਬੈਲ ਨੇ ਜਿਸਨੇ ਟੈਲੀਫੋਨ ਤਿਆਰ ਕੀਤਾ ਪਰ ਇਧਰ ਚੀਕਾਂ ਹੋਰ ਪਾਸੇ ਵੱਜੀਆਂ ਪਈਆਂ ਆ ਬਾਈ ਜੀ ਮੈਂ ਕਹਾਂ ਨੂੰ ਕਹਾਂ ਨੂੰ ਕਹਾਂ ਨੂੰ ਚਲੋ ਪਰ ਪੰਜਾਬ ਦੇ ਭਲੇ ਲਈ ਬਾਈ ਜੀ ਸੱਚ ਦਿਖਾਉਣਾ ਪੈਣਾ ਆ ਸਾਰੇ ਪੰਜਾਬੀਆਂ ਦੇ ਫੋਨ 'ਚ ਵੀਡੀਓ ਜਾਣੀ ਚਾਹੀਦੀ ਜਾਗਰੂਕ ਕਰੋ ਲੋਕਾਂ ਨੂੰ ਕਿ ਪੰਜਾਬ 'ਚ ਬਾਹਰ ਬੈਠੇ ਲੋਕ ਵੀ ਕੀ ਕਰਨਾ ਚਾਹੁੰਦੇ ਆ ਕਿ ਉਦਾਂ ਹੀ ਝੂਠ ਬੋਲੀ ਜਾਂਦੇ ਤਾਮਨ ਲਾਡੂ ਚਾਹ ਕਰਤਾ ਉਹ ਕਰਦਾ ਸਾਰਾ ਹੀ ਕੁਝ ਦਿਖਾਉਣਾ ਆ ਇਨਸਾਨ ਦੀ ਮੈਂ ਵੀਡੀਓ ਪਾਈ ਸੀਗੀ ਇਹਨੂੰ ਅੱਜ ਫੇਰ ਕਹਿਣਾ ਇਹਦਾ ਰਿਪਲਾਈ ਆਇਆ ਉਹ ਮੈਂ ਤੁਹਾਨੂੰ ਦਿਖਾਉਣਾ ਇਹਨੂੰ ਮੈਂ ਫੇਰ ਕਹਿਣਾ ਬੋਲੇ ਤਿੰਨ ਵਾਰੀ ਸਿਰਸਾ ਚੋਰ ਮੁਰਦਾਬਾਦ ਸਿਰਸਾ ਮੁਰਦਾਬਾਦ ਸਿਰਸਾ ਮੁਰਦਾਬਾਦ ਭਾਜਪੀ ਦਾ ਦੱਲਾ ਮੁਰਦਾਬਾਦ ਇਹ ਬੋਲ ਸਕਦਾ ਨਹੀਂ ਕਿਉਂਕਿ ਇਹ ਸਿਰਸੇ ਦਾ ਖਾਸ ਬੰਦਾ ਇਹ ਜਿਹੜਾ ਦਾੜੀ ਵਾਲਾ ਬਾਈ ਹੈ ਇਹਦਾ ਨਾਮ ਮੈਨੂੰ ਭੁੱਲ ਗਿਆ ਨਾ ਮੇਰੇ ਦਿਮਾਗ 'ਚ ਸੀ ਰਾਤੀ ਇਹ ਹੈਗਾ ਜੀ ਸਿਰਸੇ ਵਾਲੇ ਦੀ ਸੱਜੀ ਵਾ ਹਾਂਜੀ ਤੇ ਇਹਦੇ ਥਰੂ ਹੋਇਆ ਸੀ ਕੱਲ ਸੀ ਭਾਜੀ ਦਾ ਸਿਰਸੇ ਨਾਲ ਮੇਲ ਮਲਾਪ ਸੋ ਦੇਖ ਸਕਦੇ ਆ ਸੋ ਕੱਲ ਸੀ ਭਾਜੀ ਦੇਖੋ ਤੁਹਾਨੂੰ ਕਿੰਨੇ ਰਿਸਪੈਕਟ ਨਾਲ ਹੈ ਕਹਿੰਦਾ ਪਰ ਤੁਹਾਡੀ ਬੋਲਬਾਣੀ ਮੈਂ ਤੁਹਾਨੂੰ ਲੋਕਾਂ ਨੂੰ ਦਿਖਾਉਣਾ ਤੁਸੀਂ ਕਹਿੰਦੇ ਆ ਫੇਰ ਉਹੀ ਗੱਲ ਇਸ ਵੀਡੀਓ 'ਚ ਅਮਰਿਤਪਾਲ ਦਾ ਕੋਈ ਲਿੰਕ ਨਹੀਂਗਾ ਇਹ ਦਲਜੀਤ ਕਲਸੀ ਦੇ ਵੀਡੀਓ ਆ ਇਹ ਬਾਰਸ ਪੰਜਾਬ ਦੇ ਆ ਜੀ ਦਲਜੀਤ ਕਲਸੀ ਹੁਣ ਇਹਨਾਂ ਦੀ ਸ਼ਬਦਾਵਲੀ ਦਿਖਾਉਣਾ ਦੇਖ ਸਕਦੇ ਆ ਇਹ ਫੇਰ ਮੈਂ ਪੰਜਾਬ ਦੇ ਲੋਕਾਂ ਨੂੰ ਬਾਈ ਜੀ ਸਾਵਧਾਨ ਕਰ ਦਵਾਂ ਦਲਜੀਤ ਕਲਸੀ ਹੈਗਾ ਬੰਦਾ ਇਹਨਾਂ ਦਾ ਸਿੱਧੀ ਗੱਲ ਆ ਇਹ ਤਾਂ 100% ਆ ਹਾਂਜੀ ਦੇਖ ਸਕਦੇ ਆ ਸੋ ਇਹ ਜਿਹੜਾ ਇਨਸਾਨ ਆ ਇਹ ਵਿਚਲਾ ਕੋਣ ਆ ਇਹ ਹੈਗਾ ਸਿਰਸੇ ਵਾਲੇ ਦੀ ਸੱਜੀ ਵਾ ਇਹਦੀ ਖਾਸ ਯਾਰੀ ਹੈਗੀ ਆ ਦਲਜੀਤ ਕਲਸੀਨਾ ਤੇ ਬਾਕੀ ਤੁਸੀਂ ਆਪ ਸਿਆਣੇ 3 ਕਰੋੜ 65 ਲੱਖ ਵਾਦੀ ਹੈ ਪੰਜਾਬ ਦੀ ਆਲਮੋਸਟ 4 ਕਰੋੜ ਲੋਕ ਆ ਵੀ ਪੰਜਾਬ ਦੇ 4 ਕਰੋੜ ਲੋਕਾਂ ਨੂੰ ਪੰਜਾਬ ਦਾ ਦੁੱਖ ਨਹੀਂ ਤੂੰ ਦਿੱਲੀ ਤੋਂ ਆ ਕੇ ਕਿੱਥੋਂ ਪੰਜਾਬ ਦਾ ਬਾਲਾ ਹੀ ਦੁੱਖ ਮਨਾਉਣ ਲਾ ਪਿਆ ਸੋਚੋ ਇੱਕ ਮਿੰਟ ਧਿਆਨ ਨਾਲ ਸੋਚੋ ਤੇ ਇਹ ਬੰਦੇ ਦੀ ਬਾਕੀ ਸਿੰਘ ਵਾਲੀ ਤਾਂ ਗੱਲ ਸਭ ਨੂੰ ਪਤਾ ਕਦੀ ਅੱਤਵਾਦੀ ਕਦੀ ਮੇਰੇ ਲਈ ਸ਼ਹੀਦ ਆ ਤੇ ਦੀਪ ਸਿੱਧੂ ਦੀ ਉਹ ਜਿਹੜੀ ਬੋਤਲ ਵਾਲੀ ਗੱਲ ਆ ਪਹਿਲਾਂ ਕਹਿੰਦਾ ਸੀ ਏਜੰਸੀਆਂ ਨੇ ਰੱਖੀ ਹੁਣ ਕਹਿੰਦਾ ਉਹਨੂੰ ਤੋਹਫ਼ਾ ਦਿੱਤੀ ਸੀ ਕਿਸੇ ਨੇ ਦੀਪ ਸਿੱਧੂ ਦੇ ਨਾਂ ਤੇ ਹੀ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਤੇ ਇਹਦਾ ਜਵਾਬ ਸੁਣੋ ਬਾਈ ਜੀ ਮੇਰੀ ਵੀਡੀਓ ਦੇ ਵਿਰੁੱਧ ਆਇਆ ਜੀਦਾ ਜਵਾਬ ਇਹਦੇ ਕਲਸੀ ਦੇ ਪੇਜ ਤੇ ਜਾ ਕੇ ਦੇਖ ਲਿਓ ਇਹ ਸਾਰੇ ਕਾਮਰੇਡ ਮੱਲੀ ਛੱਲੀ ਇੰਦੀ ਸ਼ਿੰਦੀ ਡੱਡਰੀ ਫੜਰੀ ਨਿੱਕੀ ਫੇਕੀ ਲਓ ਜੀ ਤੇ ਵੀਡੀਓ ਪਾਈ ਉਹ ਦੀਪ ਸਿੱਧੂ ਦੀ ਉਹ ਵਿਚਾਰੇ ਮਰੇ ਦਾ ਵੀ ਇਹ ਫਾਇਦਾ ਚੱਕੀ ਜਾਂਦੇ ਆ ਧਾਨਿਆਂ ਦੀਪ ਸਿੱਧੂ ਦੇ ਮਾਪੇ ਭਰਾ ਪਰਿਵਾਰ ਜਿਹੜੇ ਇਦਾਂ ਦੇ ਲੋਕਾਂ ਨੂੰ ਉਹਦਾ ਫਾਇਦਾ ਚੱਕਣ ਦਿੰਦੇ ਆ ਦੇਖ ਲੋ ਆਇਆ ਜੀ ਦਲਜੀਤ ਕਲ ਸੀਦਾ ਜਵਾਬ ਮੇਰੀ ਜਿਹੜੀ ਕੱਲ ਵੀਡੀਓ ਪਾਈ ਸੀ ਵੀ ਬਿੱਟੇ ਨੂੰ ਚੋਰ ਕਾ ਅੱਜ ਮੈਂ ਕਹਿੰਦਾ ਸਿਰਸੇ ਵਾਲਾ ਦੱਲਾ ਬੀਜੇਪੀ ਦਾ ਮੁਰਦਾਬਾਦ ਕਹ ਨਹੀਂ ਕਹਿਆ ਹੋਣਾ ਕਿਉਂਕਿ ਬੰਦਾ ਹੀ ਉਹਨਾਂ ਦਾ ਆ ਤੇ ਜਵਾਬ ਤੁਸੀਂ ਇੱਥੋਂ ਹੀ ਆਏ ਕਾਮਨ ਸੈਂਸ ਵਾਲੇ ਬੰਦੇ ਚਲੋ ਮੈਂ ਨਹੀਂ ਕਹਿੰਦਾ ਤੁਸੀਂ ਉਹਦੇ ਫੈਨ ਆ ਜਾਂ ਮੇਰੇ ਫੈਨ ਆ ਨਿਊਟਰਲ ਰਹਿ ਕੇ ਸੋਚੋ ਭਈ ਕਾਲਸੀ ਜਾਂ ਮੇਰੇ ਜੋ ਸੱਚਾ ਤੁਹਾਨੂੰ ਕੋਣ ਫੀਲ ਹੁੰਦਾ ਬੰਦੇ ਦੀ ਸ਼ਬਦਾਵਲੀ ਤੋਂ ਹੀ ਬੰਦੇ ਨੂੰ ਆਈਡੀਆ ਹੋ ਜਾਂਦਾ ਭਈ ਯਾਰ ਇਹ ਬੱਲੇ ਬੰਦੇ ਪੱਲੇ ਕੋੱਖ ਨਹੀਂ ਆ ਦੇਖੋ ਆ ਇਹਦੀ ਸ਼ਬਦਾਵਲੀ ਅਖੇ ਜੀ ਆ ਬਾਕੀ ਜਿਹੜੇ ਹੋਰ ਨਾ ਆ ਜੋ ਹੋਰ ਵੀਡੀਓ ਪਾਉਂਦੇ ਹੋਗੇ ਤੱਥਾਂ ਨਾਲ ਸਾਨੂੰ ਜਾਗਰੂਕ ਕਰਦੇ ਹੋਗੇ ਲਓ ਜੀ ਮੱਲੀ ਛੱਲੀ ਇੰਦੀ ਛਿੰਦੀ ਡੱਡਰੀ ਫੜਰੀ ਹੈਂ ਤੇ ਇਦਾਂ ਨਹੀਂ ਤਾਂ ਗੱਲਾਂ ਮੈਨੂੰ ਵੀ ਬਹੁਤ ਆਉਂਦੀਆਂ ਪੁੱਠੀਆਂ ਸਿੱਧੀਆਂ ਸੋ ਕਹਿੰਦਾ ਭਾਵ ਆ ਇਹਨਾਂ ਨਾਲ ਮੱਥਾ ਲਾਉਣ ਦਾ ਮੈਂ ਹਿਸਾਬ ਲਾ ਰਿਹਾ ਆਈਡੀਆ ਹੈ ਨਹੀਂ ਉਸ ਲੈਵਲ ਦੇ ਹੀ ਹੈ ਨਹੀਂਗੇ ਵਿਚਾਰੇ ਹੈ ਉਹ ਵਿਚਾਰੇ ਦੀਪ ਸਿੱਧੂ ਮਰੇ ਉਹਦੀਆਂ ਵੀਡੀਓ ਪਾ ਕੇ ਉਹਦਾ ਹੀ ਲਾਹਾ ਲਈ ਜਾਂਦੇ ਤੂੰ ਜਵਾਬ ਦੇ ਲੋਕਾਂ ਨੂੰ ਆ ਲੈਓ ਬਾਕੀ ਹੁਣ ਆਪ ਸਿਆਣੇ ਆ ਹੋਰ ਤੁਹਾਨੂੰ ਦਿਖਾਉਣਾ ਬਾਹਰ ਬੈਠੇ ਪੰਜਾਬ ਚ ਕਿਦਾਂ ਅੱਗਾਂ ਲਾਉਂਦੇ ਆ ਉਹ ਤੁਹਾਨੂੰ ਦਿਖਾਉਣਾ ਆ ਸੋ ਭਰਾਵੋ ਪੰਜਾਬ ਵਾਲੇ ਲੋਕ ਐ ਨਵੇਂ ਨਹੀਂ ਸਦਾਈ ਜਿੰਨੇ ਤੁਸੀਂ ਸਮਝਦੇ ਆ ਬਾਹਰ ਬੈਠੇ ਹੈ ਆ ਵੀਡੀਓ ਪਾਈ ਏ ਕ ਅਮਰੀਕਾ ਚ ਬੈਠੇ ਇਹਨਾਂ ਦੇ ਉਸਤਾਦ ਨੇ ਪਤਾ ਹੀ ਆ ਕਿਹੜਾ ਨਾਂ ਤਾਂ ਕੀ ਲੈਣਾ ਸਵੇਰੇ ਸਵੇਰੇ ਦਿਨ ਖਰਾਬ ਜਾਂਦਾ ਲਾਂਡ ਅਡ ਰਖੇ ਪੂਰੀ ਤਰ੍ਹਾਂ ਸਹੀ ਆ ਪਈਆ ਦੇਖ ਸਕਦੇ ਆ ਕਹਿੰਦਾ ਤਾਮਨ ਲਾਡੂ ਚ ਆਪਣੇ ਉਹਨਾਂ ਦੀਆਂ ਹਨਾ ਜਿਹੜੇ ਆਪਣੇ ਪੰਜਾਬ ਚ ਆਇਓ ਯੂਪੀ ਤੇ ਉਧਰੋਂ ਪਈ ਉਹਨਾਂ ਦੀਆਂ ਦੁਕਾਨਾਂ ਨੂੰ ਅੱਗਾਂ ਲਾਉਂਤੀਆਂ ਹੈਲਮਟ ਵੀ ਨਹੀਂ ਲਾਉਣ ਦਿੱਤੇ ਅਗਲਿਆਂ ਨੇ ਤੂੰ ਤੁਸੀਂ ਵੀ ਇਹਨਾਂ ਨੂੰ ਭਜਾਓ ਇੱਥੋਂ ਇਹਨਾਂ ਦੀਆਂ ਦੁਕਾਨਾਂ ਨੂੰ ਅੱਗਾਂ ਲਾਓ ਇਹ ਇਨਸਾਨ ਨੇ ਅਮਰੀਕਾ 'ਚ ਬੈਠੇ ਨੇ ਦੋ ਵੀਡੀਓ ਪਾਈਆਂ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਇਦਾਂ ਤੁਸੀਂ ਵੀ ਕਰੋ ਭਈ ਅਗਲੇ ਆਪਣੀ ਮਿੱਟੀ ਤੇ ਮਾਂ ਬੋਲੀ ਲਈ ਵਫਾਦਾਰ ਨੇ ਤੁਸੀਂ ਵੀ ਇਦਾਂ ਕਰੋ ਠੀਕ ਆ ਆਪ ਤਾਂ ਅਮਰੀਕਾ 'ਚ ਬੈਠਾ ਵਧੀਆ ਟਰੱਕ ਚਲਦੇ ਆ ਪੈਸੇ ਕਮਾਉਂਦਾ ਸਹੀ ਦੋ ਵੀਡੀਓ ਪਾਈਆਂ ਇਹ ਕੇ ਪਾਈ ਵੀ ਉਹਨਾਂ ਨੂੰ ਭਜਾਇਆ ਇਹ ਹੈਗੀ ਦਬਾਈ ਦੀ ਵੀਡੀਓ ਕੰਮ ਤੇ ਜਾਣ ਲੱਗੇ ਉਹ ਜਗਤਾ ਪਾਈਆਂ ਆ ਕੰਮ ਤੇ ਜਦੋਂ ਬੱਸ ਆਉਂਦੀ ਆ ਹਾਂਜੀ ਸੋ ਇਹ ਹੈਗੀ ਦਵਾਈ ਦੀ ਵੀਡੀਓ ਇਹ ਪਾਈ ਵੀ ਉੱਥੇ ਭਜਾਇਆ ਤਾਮਨ ਲੋਕਾਂ ਨੇ ਉਹਨਾਂ ਨੂੰ ਤੇ ਇਹ ਹੈਗੀ ਆ ਵੀ ਉਹਨਾਂ ਦੀ ਦੁਕਾਨ ਤੇ ਜਾ ਕੇ ਅੱਗ ਲਾਈ ਤਾਮਨ ਲਾਡੂ ਚ ਜੇ ਕਿਆ ਹੋ ਰਹਾ ਹੈ ਇਹ ਵੀ ਤੁਹਾਨੂੰ ਦਿਖਾਉਣਾ ਸੋ ਭਰਾਵੋ ਝੂਠੀਆਂ ਵੀਡੀਓ ਤੇ ਯਕੀਨ ਨਾ ਕਰਿਓ ਤੇ ਫੇਰ ਉਹੀ ਗੱਲ ਹੈ ਇਹ ਆਪ ਤਾਂ ਬਾਹਰ ਪ੍ਰਦੇਸਾਂ 'ਚ ਬੈਠੇ ਆ ਤੁਹਾਨੂੰ ਐਵੇਂ ਪੜਖਾਈ ਜਾਂਦੇ ਪੀ ਇਹਨਾਂ ਨੂੰ ਕੁੱਟੋ ਮਾਰੋ ਧੜਾਓ ਐਦਾਂ ਉਹਦਾਂ ਇਹਨਾਂ ਦੀ ਗੱਲਾਂ 'ਚ ਨਹੀਂ ਆਇਓ ਦੋਹੇ ਝੂਠੀਆਂ ਵੀਡੀਓ ਇੱਕ ਹੈਗੀ ਦਵਾਈ ਦੀ ਕੰਮ ਤੇ ਜਾਂਦੇ ਲੋਕ ਤੇ ਦੂਜੀ ਹੈਗੀ ਆ ਕੇਰਲਾ 'ਚ ਆਪਸ 'ਚ ਲੜਾਈ ਹੋਈ ਸੀ ਦੋ ਜਣਿਆਂ ਦੀ ਤੇ ਇਸ ਨੇ ਦੁਕਾਨਦਾਰ ਦੀਆਂ ਲਾਟਰੀਆਂ ਤੇ ਜਾ ਕੇ ਅੱਗ ਵੀ ਲਾਈ ਸੀ ਤੇ 76 ਵੀ ਖਾਦੇ ਆ ਦੇਖ ਸਕਦੇ ਹੋ ਉਹਨੇ ਮਾਰੇ 76 ਤੇ ਆ ਦੇਖੋ ਡਿੱਗਦਾ ਫਿਰਦਾ ਨਾ ਤੇ ਇਹ ਕੇਰਲਾ ਦੀ ਹੈ ਦੋਏ ਤਾਮਲ ਲਾड्डੂ ਦੀਆਂ ਦਿਖਾ ਕੇ ਉਹ ਤਾਮਲ ਲਾड्डੂ ਚ ਉਹਨਾਂ ਨੇ ਆਪਣੀ ਬੋਲੀ ਵਾਲਿਆਂ ਨੇ ਬਹੁਤ ਪਰਦੇਸੀਆਂ ਨੂੰ ਮਾਰਤਾ ਤੁਸੀਂ ਵੀ ਮਾਰੋ ਭਜਾਓ ਉਹ ਤੁਸੀਂ ਕਿੱਥੋਂ ਤਾਮਲਾ ਲੈ ਆਂਦੀ ਰੀਸ ਕਰਦੇ ਉਹਨਾਂ ਦਾ ਪ੍ਰਧਾਨ ਮੰਤਰੀ ਦੀ ਰਜੀਵ ਗਾਂਧੀ ਮਾਰ ਕੇ ਆਪਣੇ ਬੰਦੇ ਛਡਾ ਲੈ ਆਪਣੇ ਸਿੰਘਾ ਜ਼ੂਰਨਿਆਂ ਨੇ ਤਾਂ ਮੁੱਖ ਮੰਤਰੀ ਮਾਰਿਆ ਉਹ ਤਾਂ ਛਡਾ ਨਹੀਂ ਹੋਏ ਗੱਲਾਂ ਤੁਹਾਤੋਂ ਜਿੱਡੀਆਂ ਮਰਜੀ ਕਰਾ ਲੋ ਜੀ ਅਸੀਂ ਤਾਂ ਇਦਾਂ ਅਸੀਂ ਤਾਂ ਉਦਾਂ ਸਹੀ ਹੈ ਨਾ ਤੁਸੀਂ ਨਾ ਹੀ ਕਰੋ ਤਾਮਨ ਲਾਡੂ ਵਾਲਿਆਂ ਦੀਆਂ ਗੱਲਾਂ ਛੋਏ ਭਰਾਵੋ ਝੂਠੀਆਂ ਵੀਡੀਓ ਪਾਪਾ ਲੋਕਾਂ ਨੂੰ ਭੜਕਾ ਰਹੇ ਆ ਆ ਦੇਖ ਲਓ ਨਿਊਜ਼ ਵੀ ਦੇਖ ਲਓ ਕੇਰਲਾ ਦੀ ਆ ਉਹ ਜਿਹੜੀ ਲਾਟਰੀ ਵਾਲਿਆਂ ਨੂੰ ਅੱਗ ਲਾਈ ਕੇਰਲਾ ਮੈਂਡਸੈਟਸ ਲਾਟਰੀ ਸ਼ਾਪ ਆਨ ਫਾਇਰ ਆਫਟਰ ਇਸ਼ੂing ਥ੍ਰੈਟ ਫੇਸਬੁੱਕ ਤੇ ਲਾਈਵ ਹੋ ਕੇ ਲੜਾਇੀ ਸੀ ਹੋਈ ਸੀ ਮਾਰੀ ਮੋਟੀ ਸੋ ਇਹ ਨਹੀਂ ਪਾਤੀ ਜੀ ਪੀ ਤਾਮਨ ਲਾਡੂ ਚ ਪਰਦੇਸੀਆਂ ਦੀਆਂ ਦੁਕਾਨਾਂ ਨੂੰ ਅੱਗ ਲਾ ਰਹੇ ਆ ਉਹਨਾਂ ਨੂੰ ਹੈਲਮਟ ਵੀ ਨਹੀਂ ਲਾਉਣ ਦਿੱਤੇ ਉਹਨਾਂ ਨੂੰ ਭਜਾਇਆ ਤਾਮਨ ਲੋਕਾਂ ਨੇ ਆਪਣੇ ਸਟੇਟ ਚੋਂ ਤੁਸੀਂ ਵੀ ਪੰਜਾਬੀਓ ਭਜਾਓ ਪਰਦੇਸੀਆਂ ਨੂੰ ਇਹ ਇਹਨਾਂ ਦੇ ਹਿਸਾਬ ਆ ਭਰਾਵੋ ਆਪਣਾ ਤਾਂ ਵਧੀਆ ਚੱਲਦਾ ਇਹਨਾਂ ਦਾ ਤੇ ਬਾਕੀ ਹੋਰ ਦੇਖ ਲਓ ਆ ਦੇਖੋ ਜੀ ਆ ਪੇਜ ਦਿਖਾਉਣਾ ਤੁਹਾਨੂੰ ਮੈਂ ਇੱਕ ਸੋ ਬਾਈ ਜੀ ਸਾਡੇ ਦਿਲ ਨੂੰ ਠੇਸ ਪਹੁੰਚਦੀ ਆ ਇਹ ਨਹੀਂ ਵੀ ਮੈਨੂੰ ਮਾੜਾ ਕਹਿੰਦੇ ਕਰਕੇ ਪਰ ਤਸਵੀਰਾਂ ਇਹ ਪੇਜ ਮੋਟਰਸਾਈਕਲ ਵਾਲੇ ਨੇ ਦੇਖੋ ਸ਼ਹੀਦਾ ਸੂਰਮਿਆਂ ਦੀਆਂ ਤਸਵੀਰਾਂ ਲਾਈਆਂ ਕਵਰ ਫੋਟੋ ਦੇਖ ਲਓ ਤੇ ਇਹਨਾਂ ਦੇ ਕੰਮ ਦਿਖਾਉਣਾ ਤੁਹਾਨੂੰ ਸੋ ਬਾਈ ਜੀ ਮੇਰੀਆਂ ਸਿੱਖ ਸੰਸਥਾਵਾਂ ਨੂੰ ਬੇਨਤੀ ਆ ਸੋ ਇਦਾਂ ਲੋਕਾਂ ਦੇ ਦਿਲਾਂ 'ਚ ਵੀ ਆਉਣਾ ਹੀ ਆ ਵੀ ਯਾਰ ਕਿੱਦਾਂ ਦੀਆਂ ਤਸਵੀਰਾਂ ਲਾਈਆਂ ਆ ਪੇਜ ਤੇ ਤੇ ਪੋਸਟਾਂ ਦਿਖਾਉਣੇ ਇਹਨਾਂ ਦੀਆਂ ਹਾਂਜੀ ਮੋਟਰਸਾਈਕਲ ਵਾਲੇ ਨਾਂ ਵੀ ਦੇਖ ਲਓ ਮੋਟਰਸਾਈਕਲ ਵਾਲੇ ਕੌਣ ਸੀ ਉਹ ਵੀ ਤੁਹਾਨੂੰ ਪਤਾ ਹੀ ਆ ਦੇਖੋ ਹੈਂ ਸ਼ੀ ਦਸੰਗਾਂ ਦੀਆਂ ਤਸਵੀਰਾਂ ਲਾਈਆਂ ਆ ਤੇ ਪੋਸਟਾਂ ਇਹਨਾਂ ਦੀਆਂ ਦਿਖਾਉਣਾ ਬਾਈ ਜੀ ਆ ਲਓ ਆ ਦੇਖ ਲਓ ਪਹਿਲੀ ਇਹ ਪਾਈ ਸੀ ਨੀ ਇਹਨੀ ਆ ਦੇਖੋ ਹਿੰਦੀ 'ਚ ਸਵਾਲ ਦੇ ਛੱਡੇ ਬੰਦੇ ਅਮਰਿਤਪਾਲ ਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੇ ਨੇ ਸੋਨੀਆ ਮਾਨ ਨੇ ਬਿਆਨ ਦਿੱਤਾ ਤੇ ਪ੍ਰਾਈਮ ਏਸ਼ੀਆ ਚੈਨਲ ਤੇ ਬਿਆਨ ਦਿੱਤਾ ਹਾਂਜੀ ਸਾਰੇ ਹੀ ਕੁਝ ਫੇਕ ਦੇਖੋ ਐਡਿਟ ਕਰਕੇ ਪ੍ਰਾਈਮ ਏਸ਼ੀਆ ਦਾ ਲੋਗੋ ਲਾ ਦਿੱਤਾ ਸੋਨੀਆ ਮਾਨ ਦੀ ਫੋਟੋ ਲਾ ਦਿੱਤੀ ਤੇ ਇਹ ਕਹਤਾ ਭੀ ਹਿੰਦੀ ਦੇ ਸਵਾਲ ਦੇ ਬੰਦੇ ਉਹ ਭਰਾਵੋ ਮੈਂ ਤਾਂ ਗਾਲਾਂ ਕੱਢਣ ਵਾਲਿਆਂ ਨੂੰ ਮੈਂ ਤਾਂ ਰੋਕਦਾ ਆਂ ਬਾਕੀ ਲੋਕ ਉਹੀ ਗੱਲ ਹੋਰ ਲੋਕ ਮੂਰਖ ਤਾਂ ਹੈ ਨਹੀਂਗੇ ਜਿਹੜੀਆਂ ਤੁਹਾਡੀਆਂ ਗੱਲਾਂ ਤੇ ਯਕੀਨ ਕਰੋਗੇ ਤੁਹਾਡੇ ਪੱਲੇ ਵਿਚਾਰਿਆਂ ਦਿਆ ਹੀ ਆ ਪੋਡ ਮੈਂ ਐਡਿਟ ਕਰਕੇ ਝੂਠ ਇਹਨੀਆਂ ਦੋ ਤੁਸੀਂ ਐਸੀ ਤਸਵੀਰ ਨੂੰ ਦੋ ਵਾਰੀ ਨਹੀਂ ਇਸਤੇਮਾਲ ਕੀਤਾ ਇੱਕ ਵਾਰੀ ਮੇਰਾ ਕਹ ਦਿੱਤਾ ਪਿੰਦੀ ਸਵਾਲ ਦੇ ਲੋਕ ਗਾਲਾਂ ਕੱਢਦੇ ਅਮਰਿਤਪਾਲ ਨੂੰ ਤੇ ਇੱਕ ਵਾਰੀ ਇਹ ਕਹ ਦਿੱਤਾ ਸੋਨੀਆ ਮਾਨ ਦੇ ਛੱਡੇ ਬੰਦੇ ਸੋਸ਼ਲ ਮੀਡੀਆ ਤੇ ਅਮਰਿਤਪਾਲ ਨੂੰ ਗਾਲਾਂ ਦਿੰਦੇ ਦੇਖ ਲਓ ਮੋਟਰਸਾਈਕਲ ਵਾਲੇ ਪੇਜ ਨੇ ਇਹ ਤਸਵੀਰ ਦੋ ਵਾਰੀ ਵਰਤੀ ਆ ਤੇ ਪੇਜ ਤੇ ਕਵਰ ਫੋਟੋ ਦੇਖ ਲਓ ਕਿਹੜੇ ਸਿੰਘਾਂ ਸੂਰਮਿਆਂ ਦੀ ਲਾਈਓ ਤੇ ਕੰਮ ਦੇਖ ਲਓ ਇਹਨਾਂ ਦੇ ਹੈ ਹੋਣ ਨਹੀਂ ਯਾਰ ਕਿਸੇ ਦਾ ਲਾਈਕ ਹੋਰ ਤਰ੍ਹਾਂ ਨਹੀਂ ਬੈਡ ਫੀਲ ਨਹੀਂ ਹੁੰਦਾ ਕਿਸੇ ਨੂੰ ਭਈ ਮਤਲਬ ਸੋ ਬਾਈ ਜੀ ਇਹਨਾਂ ਨੂੰ ਮੈਸੇਜ ਕਰਕੇ ਦੱਸੋ ਭਰਾਵੋ ਠੀਕ ਹੈ ਮੇਰੇ ਵਿਰੁੱਧ ਭਾਵੇਂ ਲੱਖ ਫੋਟੋਆਂ ਮੇਰੀਆਂ ਐਡਿਟ ਕਰਕੇ ਜੋ ਮਰਜੀ ਪਾ ਲਓ ਪਰ ਕਵਰ ਫੋਟੋ ਜਿਹੜੀ ਸ਼ਹੀਦਾ ਸਿੰਘਾ ਸੂਰਮਿਆਂ ਦੀ ਲਾਈਓਗਾ ਨਾ ਕਰੋ ਇਦਾਂ ਬਾਕੀ ਮਰਜੀ ਤੁਹਾਡੀ ਆ ਜਿਹੜਾ ਵੀ ਪੇਜ ਚਲਾਉਂਦਾ ਤੇ ਹੋਰ ਵੀ ਬਾਈ ਬਹੁਤ ਗੱਲਾਂ ਆ ਵਿੱਚ ਸੋ ਦਿਖਾਉਣਾ ਤੁਹਾਨੂੰ ਹੋਰ ਕਿੱਥੇ ਗਈਆਂ ਬਾਕੀ ਫੋਟੋਆਂ ਤੇ ਬਾਕੀ ਮੁੱਕ ਦੀ ਗੱਲ ਇਹ ਆ ਤੇ ਬਾਕੀ ਕਲਸੀ ਸਾਹਿਬ ਜਵਾਬ ਕੱਲ ਵਾਲਾ ਵੀ ਰਹਿੰਦਾ ਆ ਸਾਈਕਲ ਚੋਰ ਮੁਰਦਾਬਾਦ ਅੱਜ ਕਹਣਾ ਸਿਰਸੇ ਵਾਲਾ ਬੀਜੇਪੀ ਦਾ ਮੁਰਦਾਬਾਦ ਸੋ ਦੋਏ ਜਵਾਬ ਦੇ ਦਿਓ ਨਹੀਂ ਤਾਂ ਉਹੀ ਢੱਡਰੀ ਛੱਡਰੀ ਜੋ ਕਹਣਾ ਕਹੀ ਚਲੋ ਫਿਰ ਹੈ ਗੱਲਾਂ ਤਾਂ ਮੇਕੋ ਵੀ ਇਦਾਂ ਦੀਆਂ ਕਹੀਆਂ ਕਲਸੀ ਤੋਂ ਫਿਰ ਕਈ ਕੁਝ ਬਣ ਜਾਂਦਾ ਆ ਵੀਰ ਮੇਰਾ ਸੋ ਬਾਅਦਸ ਪੰਜਾਬ ਦੇ ਅਕਲਸੀ ਸਾਹਿਬ ਤੁਸੀਂ ਇਹ ਬੰਦੇ ਦੇ ਬਿਆਨ ਦੋ ਦੋ ਮਿੰਟ ਬਾਅਦ ਚੇਂਜ ਹੁੰਦੇ ਇਹਨੂੰ ਭਰਾਵਾ ਉਹ ਬਾਈ ਮੈਂ ਇੱਕ ਤੈਨੂੰ ਗੱਲ ਕਹਿਣੀ ਚਾਹੁੰਦਾ ਕਲਸੀ ਵੀਰੇ ਤੇ ਬਿਆਨ ਜਿਹੜੇ ਤੂੰ ਦਿਨਣਾ ਹੁੰਦਾ ਲਿਖ ਕੇ ਰੱਖ ਲਿਆ ਕਰ ਐਸੇ ਚੈਨਲ ਤੇ ਮੈਂ ਆ ਆਇਆ ਸੀ ਐਸੇ ਤੇ ਆਇਆ ਸੀ ਤੇਰੀਆਂ ਰਿਕਾਰਡਿੰਗਾਂ ਨੇ ਮੈਂ ਦਿਖਾ ਦੂੰ ਪਹਿਲਾਂ ਤੂੰ ਕਹਿੰਦਾ ਸੀ ਜਦੋਂ ਦੀਪ ਸਿੱਧੂ ਦਾ ਹੋਈ ਸੀ ਨਾ ਮੌਤ ਤੋਂ ਕਹਿੰਦਾ ਸੀ ਉਹ ਜਿਹੜੀ ਬਾਈਨ ਦੀ ਬੋਤਲੀ ਨੂੰ ਬਦਨਾਮ ਕਰਨ ਲਈ ਰੱਖੀ ਹੁਣ ਨਵੀਂ ਇੰਟਰਵਿਊ ਆਈ ਕਹਿੰਦਾ ਉਹਨੂੰ ਤੋਹਫਾ ਮਿਲੀ ਸੀ ਸੋ ਵੀਰ ਮੇਰਾ ਤੂੰ ਭੁੱਲ ਜਾਂਦਾ ਵੀ ਮੈਂ ਕਿਹੜਾ ਬਿਆਨ ਕਦੋਂ ਦਿੱਤਾ ਸੀ ਲਿਖ ਕੇ ਰੱਖ ਲਿਆ ਕਰ ਸੋ ਇਹਨਾਂ ਗੱਲਾਂ ਤੂੰ ਫੜਿਆ ਜਨਾਂ ਤੂੰ ਐਕਟਰ ਐਕਟਰ ਤਾਂ ਹੈਗਾ ਐਨਾ ਵਧੀਆ ਨਹੀਂਗਾ ਐਕਟਿੰਗ 'ਚ ਵੀ ਫੇਲ ਹੋਇਆ ਲੋਕਾਂ ਦੇ ਕਰੋੜਾਂ ਵੀ ਲੁੱਟੇ ਹੋਣੇ ਨੂੰ ਪਤਾ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਂ ਦੇ ਪਿੱਛੇ ਲਾ ਲਓ ਤੇ ਲੱਗ ਵੀ ਗਏ ਆ ਥੋੜੇ ਦਈ ਚਲੋ ਮੈਨੂੰ ਗਾਲਾਂ ਭਰਾਵੋ ਆਪਾਂ ਤਾਂ ਸਾਨੂੰ ਸੱਚ ਸ਼ੀਸ਼ਾ ਦਿਖਾਉਣਾ ਸੀ ਕਿ ਆਹ ਬੰਦੇ ਇਹਨਾਂ ਦੇ ਛੱਡੇ ਹੋ ਆ ਕੱਲ ਸੀ ਸਿਰਸੇ ਵਾਲੇ ਦਾ ਬੰਦਾ ਖਾਦਿਆ ਮੰਨਣਾ ਮੰਨੋ ਨਹੀਂ ਨਾ ਮੰਨੋ ਬਾਕੀ ਟਾਈਮ ਨੇ ਆਪੇ ਹੀ ਦੱਸ ਦੇਣਾ ਆ ਤੇ ਸ਼ੇਅਰ ਕਰੋ ਵੀਡੀਓ ਸਾਰੇ ਪਾਸੇ ਤੇ ਬਾਕੀ ਕਹਿੰਦੇ ਰਹਿੰਦੇ ਮੰਗਤਾ ਮੰਗਤਾ ਬਾਈ ਜੀ ਖਾਨੇ ਆ ਹੱਕ ਦੀ ਕਮਾਈ ਮੰਗ ਕੇ ਖਾਨੇ ਆ ਨਾ ਇਹਨਾਂ ਨੇ ਮੰਗੋ ਠੱਗੀਆਂ ਕੀਤੀਆਂ ਤੇ ਨਾ ਚੋਰਾ ਨਾਲ ਸਾਡੀਆਂ ਯਾਰੀਆਂ ਆ ਮੁੱਕ ਦੀ ਗੱਲ ਏ ਆ ਤੇ ਸਾਰੇ ਪਾਸੇ ਸ਼ੇਅਰ ਕਰਿਓ ਵਿਚਾਰ ਜ਼ਰੂਰ ਦਿਓ ਤੁਹਾਨੂੰ ਜੋ ਵੀ ਸਹੀ ਲੱਗਿਆ ਜੇ ਤੁਹਾਨੂੰ ਕਲ ਸੀ ਸਹੀ ਲੱਗਿਆ ਤੇ ਲਿਖਿਓ ਜੀ ਜੇ ਹਿੰਦੀ ਸਹੀ ਲੱਗਿਆ ਏ ਲਿਖਿਓ ਜੇ ਕਲ ਸੀ ਸਹੀ ਲੱਗਿਆ ਬੀ ਲਿਖਿਓ ਕਮੈਂਟਾਂ ਜਾ ਭਈ ਦਰਸ਼ਕਾਂ ਨੇ ਪਾਰ ਨਿਤਾਰਾ ਕਰ ਦੇਣਾ ਆ ਸਾਰਿਆਂ ਦਾ ਧੰਨਵਾਦ ਜੀ ਸਪੋਰਟ ਕਰਨ ਵਾਲਿਆਂ ਦਾ ਤੇ ਉਮੀਦ ਮਲਤਾਨੀ ਰਾਜਾ ਢੱਟ ਪੀੜ ਚੀਮਾ ਪੱਡਾ ਬਾਜੀ ਸਭ ਦਾ ਧੰਨਵਾਦ ਤੇ ਜੇ ਇੰਦੀ ਸਹੀ ਏ ਤੇ ਜੇ ਕਲਸੀ ਸਹੀ ਬੀ ਲਿਖਿਓ ਕਮੈਂਟਾਂ ਚ ਲੱਗ ਜੂ ਪਤਾ ਤੇ ਕਲਸੀ ਸਾਹਿਬ ਜੀ ਬਸ ਕਰੋ ਹੁਣ ਤੁਸੀਂ ਨਾ ਕੋਈ ਪੋਸਟ ਪਾਇਓ ਨਹੀਂ ਤਾਂ ਹੋਰ ਤਸਵੀਰਾਂ ਨਿਕਲਿਆ ਆਉਣੀਆਂ ਆ ਫਿਰ ਔਖਾ ਹੋ ਜੂ ਜਿੱਦਾਂ ਵਿੱਕੀ ਥੌਮਸ ਭੱਜਿਆ ਨਾ ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ ਆ ਸੋਹੀ ਹਾਲ ਤੁਹਾਡਾ ਲੋਕਾਂ ਨੇ ਕਰ ਦੇਣਾ ਵੀਰ ਮੇਰਾ ਜਿਹੜੀ ਰੋਟੀ ਮਿਲਦੀ ਆ ਇੱਜਤ ਦੀ ਖਲਾ ਭਰਾ ਮੇਰਾ ਚੁੱਪ ਕਰਕੇ ਸਹੀ ਆ ਨਾ ਤੇ ਸਾਰੀਆਂ ਵੀਡੀਓ ਤੋਂ ਲਿੰਕ ਪਾਇਆ ਜੇ ਵੀਡੀਓ ਤੋਂ ਲਿੰਕ ਨਹੀਂ ਓਪਨ ਹੁੰਦਾ triplew in the radio.ca ਐਡ ਆਉਣੀ ਹੈ ਜੀ ਮੰਗਦੇ ਆ ਹੱਕ ਲਾਲ ਦੀ ਮੰਗਦੇ ਆ ਠੱਗੀਆਂ ਨਹੀਂ ਕੀਤੀਆਂ ਲੋਕਾਂ ਦੇ ਪੈਸੇ ਨਹੀਂ ਖਾਦੇ ਕਰੋੜਾ ਰੁਪਏ ਠੱਗਾ ਨਾਲ ਯਾਰੀਆਂ ਨਹੀਂ ਪਾਈਆਂ ਇੱਕ ਠੋਕ ਕੇ ਮੰਗਦੇ ਆ ਆ ਲਓ ਜੀ ਕਲਿੱਕ ਕਰ ਦਿਆ ਕਰੋ ਧੰਨਵਾਦ ਸਟਾਰ ਵੀ ਭੇਜ ਦਿਆ ਕਰੋ ਇੱਕ ਸਟਾਰ ਇੱਕ ਭੇਡ ਦੀ ਚੀਕ ਤੇ ਜਾਂਦੇ ਆਂਦੇ ਫੇਰ ਕਲਿੱਕ ਜ਼ਰੂਰ ਕਰਿਓ ਸਟਾਰ ਭੇਜਿਓ ਤੇ ਜਾਂਦੇ ਆਂਦੇ ਭੇਡਾਂ ਦਾ ਕਾਲ ਇੰਦੀ ਜਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਹਾਂ ਬਲਾਗੇ ਰੱਖਣਾ ਭੇਡਾਂ ਦਾ ਬੋ ਬੱਕਰਾ ਕਲਿੱਕ ਕਰੋ ਤੇ ਸ਼ੇਅਰ ਜ਼ਰੂਰ ਕਮੈਂਟ ਕਰਿਓ ਜੀ ਜੇ ਕਲਸੀ ਸੱਚਾ ਵੀ ਜੇ ਹਿੰਦੀ ਸੱਚਾ ਇਹ ਦੇਖਦੇ ਆ ਸ਼ੇਅਰ ਕਰਿਓ ਵੱਧੋ ਵੱਧ ਧੰਨਵਾਦ ਕਲਸੀ ਸਾਹਿਬ ਇੱਕ ਕਹਣਾ ਤੁਸੀਂ ਬਿੱਟਾ ਚੋਰ ਮੁਰਦਾਵਾ ਤੇ ਕਿ ਸਿਰਸੇ ਵਾਲਾ ਮੁਰਦਾਵਾ ਓਕੇ ਜੀ ਪੈਂਡਿੰਗ ਆ ਤੇ ਜੇ ਨਹੀਂ ਕਿਹਾ ਤੇ ਤੁਸੀਂ ਹੈਗੇ ਇਹਨਾਂ ਦੇ ਬੰਦੇ ਸੰਨ ਤਾਂ ਪਤਾ ਹੀ ਲੋਕਾਂ ਨੂੰ ਵੀ ਪਤਾ ਲੱਗ ਜਾਣਾ ਸ਼ੁਕਰੀਆ